ਹੈਲੋ ਐਵਰੀਵਨ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਬ੍ਰਾਈਟ ਪੰਜਾਬ 'ਤੇ। ਦੋਸਤੋ, ਅੱਜ ਆਪਾਂ ਨਾਵਲਕਾਰ ਕਰਨ ਜਾ ਰਹੇ ਹਾਂ ਨਿਰੰਜਨ ਤਸਨੀਮ, ਜੋ ਕਿ ਤੁਹਾਡੇ ਪੰਜਾਬੀ ਮਾਸਟਰ ਗ੍ਰੇਡਰ ਦੇ ਲਈ ਸਿਲੇਬਸ ਦੇ ਵਿੱਚ ਹੈ ਨਾਵਲਕਾਰ। ਸ਼ੁਰੂ ਕਰਦੇ ਹਾਂ, ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ। ਜਿਹੜੇ ਜਿਹੜੇ ਦੋਸਤਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਇੱਕ ਤਾਂ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਘੰਟੀ ਵਜਾ ਦਿਓ। ਨਿਰੰਜਨ ਤਸਨੀਮ ਦਾ ਜਨਮ 1929 ਦੇ ਵਿੱਚ ਤਰਨ ਤਾਰਨ ਦੇ ਵਿੱਚ, ਕਿੱਥੇ ਨਾਨਕੇ ਪਿੰਡ ਹੁੰਦਾ ਇਹਨਾਂ ਦਾ ਜਨਮ ਤਰਨ ਤਾਰਨ ਦੇ ਵਿੱਚ, 1 ਮਈ 1929 ਨੂੰ ਹੋਇਆ ਸੀ। ਬਚਪਨ ਤੋਂ ਹੀ ਆਪ ਉੱਪਰ ਤਾਏ ਪੂਰਨ ਸਿੰਘ ਦਾ ਪ੍ਰਭਾਵ ਸੀ। ਇਹਨਾਂ ਦਾ ਤਾਇਆ ਜੀ ਸੀ, ਉਹਨਾਂ ਦਾ ਕਾਫੀ ਪ੍ਰਭਾਵ ਸੀ। ਉਰਦੂ ਮੁਸ਼ਾਰਿਆਂ ਦੇ ਵਿੱਚ ਉਹ ਜਾਣੇ ਜਾਂਦੇ ਸੀ, ਕੌਣ ਇਹਨਾਂ ਤਾਇਆ ਜੀ। ਇਸੇ ਤਰ੍ਹਾਂ ਚਾਚਾ ਮਹਿੰਦਰ ਸਿੰਘ ਕੇਸਰ ਦਾ ਵੀ ਆਪ 'ਤੇ ਪ੍ਰਭਾਵ ਸੀ। ਅਤੇ ਆਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ MA ਕਰਨ ਉਪਰੰਤ ਕਾਲਜ ਵਿੱਚ ਲੈਕਚਰਰ ਦੀ ਸੇਵਾ ਨਿਭਾਈ। ਇਹ ਇੰਨੀ ਐਜੂਕੇਸ਼ਨ ਇੰਨੀ ਇੰਪੋਰਟੈਂਟ ਨਹੀਂ ਹੁੰਦੀ, ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਵੀ ਸਕਦੇ ਆ ਕਿ ਕਿਹੜੀ ਯੂਨੀਵਰਸਿਟੀ ਤੋਂ ਉਹਨਾਂ ਨੇ ਅੰਗਰੇਜ਼ੀ ਦੀ MA ਕੀਤੀ ਸੀ, ਤਾਂ ਫਿਰ ਪੰਜਾਬ ਯੂਨੀਵਰਸਿਟੀ ਤੁਸੀਂ ਆਨਸਰ ਸਹੀ ਲਗਾਓਗੇ। ਇਹਨਾਂ ਦਾ ਜਨਮ ਹੁੰਦਾ ਹੈ 1929 ਨੂੰ ਨਾਨਕੇ ਪਿੰਡ ਤਰਨ ਤਾਰਨ। ਤਾਇਆ ਪੂਰਨ ਜੀ ਦਾ ਅਤੇ ਮਹਿੰਦਰ ਸਿੰਘ ਕੌਸਰ ਦਾ ਕਾਫੀ ਪ੍ਰਭਾਵ ਰਿਹਾ ਇਹਨਾਂ 'ਤੇ, ਮਹਿੰਦਰ ਸਿੰਘ ਕੌਸਰ ਜੋ ਇਹਨਾਂ ਦੇ ਚਾਚਾ ਜੀ ਸਨ। ਨੈਕਸਟ ਸਲਾਈਡ 'ਤੇ ਆਪਾਂ ਚੱਲਦੇ ਹਾਂ। ਸ਼ੁਰੂ ਵਿੱਚ ਆਪ ਨੇ ਉਰਦੂ ਵਿੱਚ ਕੁਝ ਕਹਾਣੀਆਂ, ਸ਼ੁਰੂਆਤ ਵਿੱਚ ਕਿਤੇ ਉਰਦੂ ਵਿੱਚ ਕਹਾਣੀਆਂ, ਫਿਰ ਲੇਖ ਨਾਵਲ ਆਦਿ ਲਿਖੇ। ਪਰ ਕਈ ਵਾਰ ਕੁਸ਼ਚਨ ਦੇ ਵਿੱਚ ਪੁੱਛਦੇ ਆ ਕਿ ਸ਼ੁਰੂਆਤ ਕਿਹੜੀ ਭਾਸ਼ਾ ਕੀਤੀ ਸੀ, ਤਾਂ ਉਰਦੂ ਵਿੱਚ ਉਹਨਾਂ ਨੇ ਕਹਾਣੀਆਂ ਲਿਖੀਆਂ ਸੀ। ਜਲ ਦੀ ਨੌਕਰੀ ਕਰਦੇ ਦੌਰਾਨ ਸ਼ਿਮਲੇ ਵਿੱਚ ਕਿੱਥੇ ਹੋਈ ਸੀ ਇਹਨਾਂ ਦੀ ਮੁਲਾਕਾਤ? ਈਸ਼ਵਰ ਚਿੱਤਰਕਾਰ ਨਾਲ ਸ਼ਿਮਲੇ ਵਿੱਚ, ਈਸ਼ਵਰ ਚਿੱਤਰਕਾਰ ਨਾਲ ਮੁਲਾਕਾਤ ਹੋ ਗਈ ਸੀ ਇਹਨਾਂ ਦੀ ਸ਼ਿਮਲੇ ਵਿੱਚ। ਠੀਕ ਹੈ, ਇਹ ਯਾਦ ਰੱਖੋਗੇ। ਆਪ ਦਾ ਰੁਝਾਨ ਫਿਰ ਉਰਦੂ ਤੋਂ ਪੰਜਾਬੀ ਸਾਹਿਤ ਵੱਲ ਹੋ ਗਿਆ ਸੀ। ਇਹਨਾਂ ਤੋਂ ਪ੍ਰਭਾਵਿਤ ਹੋ ਕੇ ਈਸ਼ਵਰ ਚਿੱਤਰਕਾਰ ਨੂੰ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਨਾ ਜਿਹੜੇ ਨਿਰੰਜਨ ਤਸਨੀਮ ਜੀ ਸੀ, ਇਹਨਾਂ ਦਾ ਪ੍ਰਭਾਵ ਪੰਜਾਬੀ ਸਾਹਿਤ ਵੱਲ ਵੱਧ ਗਿਆ, ਰੁਝਾਨ ਹੋ ਗਿਆ। ਨਿਰੰਜਨ ਤਸਨੀਮ ਦੇ ਨਾਵਲਾਂ ਦਾ ਗਲਪ ਅਨੁਭਵ ਸ਼ਹਿਰੀ ਮੱਧ ਸ਼੍ਰੇਣੀ ਜੀਵਨ ਨਾਲ ਸੰਬੰਧਿਤ ਹੈ, ਜਿਸ ਵਿੱਚ ਆਪ ਨੇ ਮਨੁੱਖ ਦੀ ਸਮਾਜਿਕ, ਆਰਥਿਕ, ਭੂਗੋਲਿਕ ਅਰਥ ਅਵਸਥਾ ਨੂੰ ਚਿੱਤਰਨ ਦੀ ਥਾਂ ਮਾਨਸਿਕ ਵਾਤਾਵਰਨ ਨੂੰ ਮੁੱਖ ਰੱਖ ਕੇ ਚਿੱਤਰਿਆ ਹੈ। ਕਿਹੜੇ ਵਾਤਾਵਰਨ ਨੂੰ ਮੁੱਖ ਰੱਖਿਆ ਹੈ? ਮਾਨਸਿਕ ਵਾਤਾਵਰਨ ਨੂੰ। ਠੀਕ ਹੈ, ਚੱਲਦੇ ਆਪਾਂ ਅੱਗੇ। ਇੱਕ ਆਧੁਨਿਕ ਗਲਪ ਬੋਧ ਵਾਲਾ ਨਾਵਲਕਾਰ, ਹੋਣ ਕਰਕੇ ਆਪ ਦੇ ਨਾਵਲਾਂ ਵਿੱਚ ਸ਼ਹਿਰੀ ਮੱਧ ਸ਼੍ਰੇਣੀ ਦੀਆਂ ਮਨੋਸਥਿਤੀਆਂ ਨੂੰ ਇਸ ਦੇ ਵਸਤੂ ਸੰਦਰਭ ਨਾਲ ਯੁਕਤ ਕਰਕੇ ਯਥਾਰਥਵਾਦ ਦੇ ਨਜ਼ਰੀਏ ਤੋਂ ਸਾਕਾਰ ਕੀਤਾ ਹੈ। ਕਿਹੜੇ ਨਜ਼ਰੀਏ ਤੋਂ? ਯਥਾਰਥਵਾਦ ਦੇ ਨਜ਼ਰੀਏ ਤੋਂ। ਮਨੁੱਖ ਦੇ ਅੰਤਰ ਮਨ ਦੀਆਂ ਪੀੜਾਂ, ਰੀਝਾਂ, ਅਤ੍ਰਿਪਤ ਇੱਛਾਵਾਂ ਆਦਿ ਦਾ ਪ੍ਰਗਟਾ ਆਪ ਦੀ ਗਲਪਕਾਰੀ ਵਿੱਚ ਮਨੋ ਵਿਸ਼ਲੇਸ਼ਣੀ ਹੋਂਦ ਦਾ ਨਿਰਮਾਣ ਪੇਸ਼ ਕਰਦੀ ਹੈ। ਨੈਕਸਟ ਆਪਾਂ ਚੱਲਦੇ ਸਲਾਈਡ 'ਤੇ। ਮਨੋ ਵਿਸ਼ਲੇਸ਼ਣ, ਚੇਤਨਾ ਪ੍ਰਵਾਹ, ਅਭਿਵਿਅੰਜਨਵਾਦੀ, ਪ੍ਰਿਆਏ ਯਥਾਰਥਵਾਦੀ ਪ੍ਰਮੁੱਖ ਗਲਪ ਨੇ ਇਹਨਾਂ ਦੀਆਂ। ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਮਿਲਿਆ ਸੀ, ਇੱਕ ਨਾਵਲ ਸੀ ਇਹਨਾਂ ਦਾ ਲਿਖਿਆ ਹੋਇਆ, ਗਵਾਚੇ ਅਰਥ 'ਤੇ ਇਹਨਾਂ ਨੂੰ 1999 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਇਹਨਾਂ ਨੇ ਜਿਹੜਾ ਗਵਾਚੇ ਅਰਥ ਹੈ ਨਾ, ਇਹ ਲਿਖਿਆ 1993 ਦੇ ਵਿੱਚ, ਪਰ ਮਿਲਿਆ ਕਦੋਂ ਸੀ?
1999 ਦੇ ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ, ਜਿਹੜਾ ਕਿ ਪੰਜਾਬੀ ਸ਼੍ਰੇਣੀ ਦੀ ਮਹੱਤਵਪੂਰਨ ਇੱਕ ਅਵਾਰਡ ਹੈ। ਨੈਕਸਟ ਹੈ ਨਿਰੰਜਨ ਤਸਲੀਮ ਦੇ ਜਿਹੜੇ ਨਾਵਲ ਨੇ ਇਹਨਾਂ ਲਿਖੇ ਨੇ ਉਹ ਕਿਹੜੇ ਸੀ? ਪਹਿਲਾ ਨਾਵਲ ਸੀ ਪਰਛਾਵੇਂ, ਪਰਛਾਵੇਂ 1968 ਦੇ ਵਿੱਚ ਲਿਖਿਆ ਸੀ। ਫਿਰ ਕਸਕ 1966, ਤਰੇੜਾਂ ਦੇ ਰੂਪ 1967, ਰੇਤ ਛੱਲ 1969, ਹਨੇਰਾ ਹੋਣ ਤੱਕ 1971, ਇੱਕ ਹੋਰ ਨਵਾਂ ਸਾਲ 1974, ਜਦੋਂ ਸਵੇਰ ਹੋਈ 1977, ਯੁੱਗਾਂ ਤੋਂ ਪਾਰ 1981, ਅਜਨਬੀ ਲੋਕ 1980, ਗਵਾਚੇ ਅਰਥ 1993। ਫਿਰ ਦੁਬਾਰਾ ਤੋਂ ਆਪਾਂ ਇੱਕ ਵਾਰ ਕਰ ਦਿੰਦੇ ਹਾਂ ਰਿਵਾਈਜ਼। ਜਿਹੜੇ ਇਹਨਾਂ ਦੇ ਲਿਖਿਆ ਸੀ ਨਾ ਪਹਿਲਾ ਨਾਵਲ, ਇਹ ਸੀ ਪਰਛਾਵੇਂ 1968, ਫਿਰ ਦੂਸਰਾ ਕਸਕ 1966, ਤਰੇੜਾਂ ਦੇ ਰੂਪ 1967, ਰੇਤ ਛੱਲ 1969, ਹਨੇਰਾ ਹੋਣ ਤੱਕ 1971, ਇੱਕ ਹੋਰ ਨਵਾਂ ਸਾਲ 1974, ਸਵੇਰ ਜਦੋਂ ਸਵੇਰ ਹੋਈ 1977, ਯੁੱਗਾਂ ਤੋਂ ਪਾਰ 1981, ਅਜਨਬੀ ਲੋਕ 1980, ਅਤੇ ਗਵਾਚੇ ਅਰਥ 1993 ਦੀ। ਇਹ ਇਹਨਾਂ ਦੇ ਨਾਵਲ ਸੀ। ਕਈ ਵਾਰ ਹੁੰਦਾ ਕਿ ਐਗਜ਼ਾਮ ਦੇ ਵਿੱਚ ਇੰਨੇ ਨਹੀਂ ਈਅਰ ਨਹੀਂ ਪੁੱਛਦਾ ਹੁੰਦਾ, ਸਾਲ ਨਹੀਂ ਇੰਨੇ ਪੁੱਛਦਾ ਹੁੰਦਾ, ਤਾਂ ਕੀ ਕਰਦਾ ਤੁਸੀਂ ਕਰਨਾ, ਪਹਿਲੇ ਨਾਵਲ ਦੇ ਇੱਕ ਸੰਨ ਯਾਦ ਰੱਖਣਾ 1968, ਅਤੇ ਇੱਕ ਲਾਸਟ ਵਾਲੇ ਕੋਈ ਰੱਖ ਲੈਣਾ ਜਿਹਨੂੰ ਜਿਵੇਂ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਜਾਂ ਕੋਈ ਹੋਰ ਸਨਮਾਨ ਮਿਲਿਆ ਉਹਦਾ ਸੰਨ ਤੁਸੀਂ ਯਾਦ ਰੱਖ ਲਓਗੇ, ਤਾਂ ਇੰਨਾ ਹੀ ਤੁਹਾਡੇ ਲਈ ਇਨਫ ਹੋਵੇਗਾ। ਜਿਵੇਂ 1993 ਹੈ, ਇਹਦੇ ਵਿੱਚ ਲਿਖਿਆ ਸੀ 1999 ਦੇ ਵਿੱਚ ਇਹਨਾਂ ਨੂੰ ਗੁਆਚੇ ਅਰਥ ਲਈ ਸਾਹਿਤ ਅਕਾਦਮੀ ਮਿਲਿਆ ਸੀ। ਪਰਛਾਵੇਂ, ਕਸਕ, ਤਰੇੜਾਂ ਦੇ ਰੂਪ, ਪਰਛਾਵੇਂ, ਕਸਕ, ਤਰੇੜਾਂ ਦੇ ਰੂਪ, ਰੇਤ ਛੱਲ, ਹਨੇਰਾ ਹੋਣ ਤੱਕ, ਇੱਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ ਯੁੱਗਾਂ ਤੋਂ ਪਾਰ, ਅਜਨਬੀ ਲੋਕ, ਅਰਥ ਗਵਾਚੇ ਅਰਥ, ਇਹ ਇਹਨਾਂ ਦੇ ਨਾਵਲ ਨੇ, ਇੰਪੋਰਟੈਂਟ ਨੇ, ਯਾਦ ਰੱਖੋ ਕਿ ਤੁਸੀਂ। ਨੈਕਸਟ ਹੈ ਆਲੋਚਨਾਵਾਂ ਦੀਆਂ ਪੁਸਤਕਾਂ ਨੇ ਇਹਨਾਂ ਦੀਆਂ ਕੁਝ ਆਲੋਚਨਾਵਾਂ ਕੀਤੀਆਂ ਜਿਹੜੀਆਂ, ਇਹਦੇ ਵਿੱਚ ਪੰਜਾਬੀ ਨਾਵਲ ਦਾ ਆਲੋਚਨਾਤਮਿਕ ਅਧਿਐਨ, ਯਾਦ ਰੱਖੋਗੇ, ਪੰਜਾਬੀ ਨਾਵਲ ਦਾ ਮੁਹਾਂਦਰਾ ਇੰਪੋਰਟੈਂਟ ਹੈ, ਨਾਵਲ ਦਾ ਮੁਹਾਂਦਰਾ ਇਹ ਵੀ ਇੰਪੋਰਟੈਂਟ ਹੈ, ਮੇਰੀ ਨਾਵਲ ਨਿਗਾਰੀ ਇਹ ਵੀ ਇੰਪੋਰਟੈਂਟ ਹੈ, ਮੇਰੀ ਨਾਵਲ ਨਿਗਾਰੀ, ਨਾਵਲ ਕਲਾ ਅਤੇ ਮੇਰਾ ਅਨੁਭਵ ਇਹ ਵੀ ਇੰਪੋਰਟੈਂਟ ਹੈ। ਸਾਰੀਆਂ ਆਲੋਚਨਾਵਾਂ ਇਹਨਾਂ ਦੀ ਯਾਦ ਰੱਖੋਗੇ, ਚਾਹੇ ਸਾਨੂੰ ਥੋੜ੍ਹਾ ਜਿਹਾ ਭੁੱਲ ਵੀ ਸਕਦੇ ਹੋ, ਕੁਝ ਨਹੀਂ ਹੁੰਦਾ, ਇੰਨੇ ਵਾਰ ਇੰਨੇ ਨਹੀਂ ਈਅਰ ਸਾਨੂੰ ਨਹੀਂ ਪੁੱਛਦੇ ਮਾਸਟਰ ਗ੍ਰੇਡਰ ਦੇ ਵਿੱਚ। ਨੈਕਸਟ ਆਪਾਂ ਕਰਦੇ ਹਾਂ ਤਸਨੀਮ ਨੂੰ ਉਹਨਾਂ ਦੀਆਂ ਕਿਤਾਬਾਂ ਗਵਾਚੇ ਅਰਥ ਲਈ ਨਾਵਲ ਮਿਲਿਆ ਸੀ, ਇਹ ਤਾਂ ਆਪਾਂ ਕਰ ਚੁੱਕੇ ਹਾਂ, ਅਤੇ ਹੋਰ ਕੋਈ ਸਨਮਾਨ ਮਿਲੇ ਜਿਹੜੇ ਉਹ ਆਪਾਂ ਕਰਦੇ ਹਾਂ। ਕਰਤਾਰ ਸਿੰਘ ਧਾਲੀਵਾਲ ਅਵਾਰਡ ਇੰਪੋਰਟੈਂਟ ਹੈ, ਸਾਹਿਤ ਅਕਾਦਮੀ ਪੁਰਸਕਾਰ ਇੰਪੋਰਟੈਂਟ ਹੈ, 1999 ਦੇ ਵਿੱਚ ਗਵਾਚੇ ਅਰਥ ਲਈ ਮਿਲਿਆ ਸੀ, 1999 ਦੇ ਵਿੱਚ ਗਵਾਚੇ ਅਰਥ ਲਈ, ਗਵਾਚੇ ਅਰਥ, ਠੀਕ ਹੈ। ਫਿਰ ਇਸ ਤੋਂ ਇਲਾਵਾ ਤੁਸੀਂ ਕਰੋਗੇ ਅਸਰਤ ਯਾਦਗਾਰੀ ਪੁਰਸਕਾਰ, ਅਸਰਤ ਯਾਦਗਾਰੀ ਯਾਦਗਾਰੀ ਪੁਰਸਕਾਰ, ਭਾਰਤ ਗੌਰਵ ਪੁਰਸਕਾਰ, ਸ਼੍ਰੋਮਣੀ ਸਾਹਿਤਕਾਰ ਸਟੇਟ ਪੁਰਸਕਾਰ, ਸਰਬ ਉੱਤਮ ਪੰਜਾਬੀ ਗਲਪਕਾਰ ਸਨਮਾਨ ਇਹ ਵੀ ਮਿਲਿਆ ਸੀ। ਅਤੇ ਇਹਨਾਂ ਦੇ ਇਹ ਵੀ ਯਾਦ ਰੱਖੋਗੇ 1993 ਵਿੱਚ ਕਰਤਾਰ ਸਿੰਘ ਧਾਲੀਵਾਲ, ਅਤੇ 1999 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਕਿਸ ਲਈ? ਗਵਾਚੇ ਅਰਥ ਲਈ, ਇਹ ਵੀ ਯਾਦ ਰੱਖੋਗੇ। ਆ ਵੀ ਇੰਪੋਰਟੈਂਟ, ਇੱਕ ਪੰਜਾਬੀ ਸਾਹਿਤ ਰਤਨ ਦਾ ਸਨਮਾਨ ਮਿਲਿਆ ਸੀ 2015 ਦੇ ਵਿੱਚ, ਕਦੋਂ? 2015 ਦੇ ਵਿੱਚ।
ਪੰਜਾਬੀ ਸਾਹਿਤ ਰਤਨ ਦਾ। ਫਿਰ ਇਹਨਾਂ ਦੀ ਸਵੈ ਜੀਵਨੀ ਕਿਹੜੀ ਆ ਜਾਏਗੀ? ਸਵੈ ਜੀਵਨੀ ਆ ਜਾਏਗੀ ਆਇਨੇ ਦੇ ਰੂਬਰੂ, ਆਇਨੇ ਦੀ ਰੂਬਰੂ, ਆਇਨੇ ਦੇ ਰੂਬਰੂ। ਠੀਕ ਹੈ। ਨਿਰੰਜਨ ਤਸਨੀਮ ਦੀ ਮੌਤ, ਇਹਨਾਂ ਦਾ ਪਹਿਲਾ ਜਨਮ ਕਦੋਂ ਹੋਇਆ ਸੀ ਉਹ ਵੀ ਯਾਦ ਰੱਖੋਗੇ, ਨਾਲ ਇਹਨਾਂ ਦੀ ਮੌਤ ਦੇਹਾਂਤ ਕਿੱਥੇ ਹੋਇਆ ਸੀ ਇਹ ਵੀ ਯਾਦ ਰੱਖੋਗੇ। ਇਹਨਾਂ ਦਾ ਦੇਹਾਂਤ ਹੋਇਆ ਸੀ ਲੁਧਿਆਣੇ ਦੇ ਵਿੱਚ, ਉਹਨਾਂ ਦੇ ਵਿਕਾਸ ਨਗਰ ਵਿੱਚ ਹੋਇਆ ਸੀ। ਉਸ ਸਮੇਂ ਉਹਨਾਂ ਦੀ ਉਮਰ 91 ਸਾਲ ਸੀ। ਨਹੀਂ ਪੁੱਛਦੇ ਐਗਜ਼ਾਮ ਦੇ ਵਿੱਚ, ਇਹ ਨਹੀਂ ਪੁੱਛਦੇ ਹੁੰਦੇ ਕਿ ਉਹਨਾਂ ਦੀ ਉਮਰ ਕਿੰਨੀ ਸੀ ਜਦੋਂ ਉਹਨਾਂ ਦਾ ਦੇਹਾਂਤ ਹੋਇਆ। ਕਈ ਵਾਰ ਇਹ ਪੁੱਛਦੇ ਨੇ ਕਿ ਉਹਨਾਂ ਦਾ ਦੇਹਾਂਤ ਕਦੋਂ ਹੋਇਆ, ਜਿਹੜੇ ਇੰਪੋਰਟੈਂਟ ਹੁੰਦੇ ਨੇ, ਜਿਵੇਂ 2019 ਦੇ ਵਿੱਚ ਇਹਨਾਂ ਦਾ ਦੇਹਾਂਤ ਹੋਇਆ ਸੀ। ਜਿਵੇਂ ਸ਼ਿਵ ਕੁਮਾਰ ਦਾ ਦੇਹਾਂਤ ਪੁੱਛ ਲੈਂਦੇ ਆ, ਡਾਕਟਰ ਦੀਵਾਨ ਸਿੰਘ ਕਾਲੇਵਾਨੀ ਦਾ ਦੇਹਾਂਤ ਪੁੱਛ ਸਕਦੇ ਆ। ਇਸ ਤਰ੍ਹਾਂ ਦੀ ਇੰਪੋਰਟੈਂਟ ਪਰਸਨੈਲਿਟੀਆਂ ਦੇ ਉਹਨਾਂ ਨੇ ਪਰਸਨੈਲਿਟੀ ਦੇ ਨਾਮ ਪੁੱਛ ਸਕਦੇ ਨੇ ਕਿ ਇਹਨਾਂ ਦਾ ਦੇਹਾਂਤ ਕਦੋਂ ਹੋਇਆ, ਜਨਮ ਕਦੋਂ ਹੋਇਆ। ਅਤੇ ਇਹ ਤੁਸੀਂ ਕੁਝ ਮਹੱਤਵਪੂਰਨ ਪੁਆਇੰਟ ਯਾਦ ਰੱਖੋਗੇ। ਜੇਕਰ ਤੁਸੀਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਦਾ ਨਾਮ ਹੈ ਬ੍ਰਾਈਟ ਪੰਜਾਬ, ਜਿਸ 'ਤੇ ਤੁਸੀਂ ਕਰ ਰਹੇ ਹੋ ਕਲਾਸ। ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਘੰਟੀ ਵਜਾ ਦਿਓ। ਧੰਨਵਾਦ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਥੈਂਕ ਯੂ।